अस्सलाम वालेकुम, सत श्री अकाल, नमस्कार। तो भाई लोग कैसे हो? हाँ जी भाई, किदा मुंडे हो, कैम हो? अस्सलाम वालेकुम, सत श्री अकाल, किदा पहले? अस्सलाम वालेकुम, सत श्री अकाल, नमस्कार दोस्तों, कैसे हो? आप देख रहे हो बिग बॉस ब्रा टीवी, आप देख रहे हो भाई ब्रा टीवी ते ले आंदी भाई एक होर नवी वीडियो। जिदा तुसी देख सकदे आ मी पईयां दा ते आ किधर हाथ लाई जांदा मामा हीर दा अपना ट्रैवर जट भाई खुरक ही आंदा, पता नहीं कित्थे खुरक पै गई है ते काफ़ी टाइम हो गया। तो होर सुनाओ तुसी सारे सैट लो भाई, अज दी प्लानिंग ये आ भाई, ते इत्थे गुआंढी साढ़े कोठी पाई जांदे आ ते उह अपना 911 ट्रैक्टर लै गए सी भाई, ते उह अपना 911 ट्रैक्टर लै गए ते आपां 911 ट्रैक्टर उहनां तों चक्कणा ते आपां जाणा इक पहाड़ ते। उह वड्डी पहाड़ नहीं, हमेशा आपां वड्डी पहाड़ ते जांदे आ, उह पहाड़ ते नहीं जाणा, इह होर पहाड़ आ। तो उत्थों फौजियां दा कुछ आपां लै के आउणा, ते उह फ्रैंकली जट ने अपने ट्रैवल जट नूं कहा कि भाई तेरे कोल ट्रैक्टर आ गया, तू ट्रैक्टर ते पिछे पा के उह चीज़ लिया। उह हुण चीज़ दा मैनूं वी नहीं पता किहड़ी चीज़ आ, ते ਧਾਕੜ ਇਹਨੂੰ ਕਹਿੰਦੇ ਬਾਈ ਧਾਕੜ। ਤੇ ਬਾਅਦ ਚੋਂ ਆਪਾਂ ਜਾਣਾ ਆਪਣੀ ਗੱਡੀ ਨੂੰ ਮੋਡੀਫਾਈ ਕਰੋ। ਤੇ ਆ ਜਾਓ ਬਾਈ, ਅੱਜ ਕਲੋਲਾਂ ਹੋਣਗੀਆਂ ਪੂਰੀਆਂ ਤੇ ਮੀਂਹ ਪੈ ਕੇ ਹਟਿਆ ਹੀ ਆ, ਬਾਅਦ ਚੋਂ ਨਾ ਮੀਂਹ ਆ ਜਾਏ, ਬੱਲੇ ਬੱਲੇ ਬੜੀ ਚਮਕਦੀ ਪਈ ਹੋ। ਤੇ ਬੜੇ ਬਾਈ ਤੁਹਾਡੇ ਕਮੈਂਟ ਪੜੇ ਮੈਂ ਕਿ ਬਾਈ ਕਾਲੀ ਸਕਾਰਪੀਓ ਕਰਾਈ ਜਾਵੇ। ਸੋ ਕਾਲੀ ਛੱਡ ਕੇ ਬਾਈ ਆਪਾਂ ਹੁਣ ਇਹਨੂੰ ਤੋਤੇ ਰੰਗਾਂ ਹੀ ਵੀ ਕਰਾ ਲਾਂਗੇ, ਪਰ ਥੋੜ੍ਹਾ ਜਿਹਾ ਟਾਈਮ ਦਿਓ। ਓਏ ਹੋਏ 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 ਹੋਏ, ਲਓ ਬਾਈ ਇੱਥੇ ਆਪਾਂ ਆਪਣੇ ਗੁਆਂਢੀਆਂ ਦੇ ਪਹਿਲਾਂ ਲਾ ਦਈਏ ਯਾਰ ਆ ਗੱਡੀ ਨੂੰ, ਉਹ ਆਪਣੇ ਖੇਤ ਛੱਡੇ ਆਉਣਗੇ ਅਤੇ ਆਪਾਂ ਉਹ ਚੀਜ਼ ਨੂੰ ਖੇਤ ਲੈ ਕੇ ਜਾਣਾ। ਅਤੇ ਇੱਥੇ ਆਪਣਾ ਟਰੈਕਟਰ ਖੜ੍ਹਾ ਹੋਣਾ ਚਾਹੀਦਾ ਬਾਈ, ਉਹਨਾਂ ਦੀ ਕੋਠੀ ਬਣਦੀ ਆ। ਉਹ ਬੱਲੇ ਇਹ ਕਿੱਧਰ ਲਾਇਆ ਪਿਆ ਯਾਰ ਇਹਨਾਂ ਨੇ, ਅਲਹਮਦੁਲਿਲਾ ਕੰਮ ਕਰਤਾ ਬਾਈ। ਲਓ ਬਾਈ ਹਮ ਆਪਣੀ ਗਾੜੀ ਕੋ ਇੱਧਰ ਲਗਾ ਦਿੱਤੇ ਅਤੇ ਲੈ ਜਾਣਗੇ ਖੇਤ। ਅਤੇ ਆਪਣਾ ਟਰੈਕਟਰ ਦੇਖੋ ਬਾਈ ਇਹਨਾਂ ਨੇ ਕਿੱਥੇ ਲਾਇਆ ਪਿਆ, ਬੱਲੇ 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 ਬੱਲੇ। ਆਹ ਇਹਨਾਂ ਦਾ ਘਰ ਦਾ ਕੰਮ ਚੱਲਦਾ ਪਿਆ ਅਤੇ ਲੈ ਗਏ ਸੀਗੇ ਟਰੈਕਟਰ। ਅਤੇ ਟਰੈਕਟਰ ਦੱਸੋ ਮੁੰਡੇ ਕਿੱਦਾਂ ਲੱਗਿਆ, ਸੈੱਟ ਆ ਨਾ? ਅਤੇ ਟਰੈਕਟਰ ਵਾਲੀ ਵੀਡੀਓ ਨੂੰ ਬਾਈ ਤੁਸੀਂ ਹੱਦੋਂ ਜ਼ਿਆਦਾ ਪਿਆਰ ਦੇਤਾ, ਇੱਕ ਦਿਨ 'ਚ 1,00,000 ਵਿਊ। ਧੰਨਵਾਦ ਯਾਰ ਸਾਰਿਆਂ ਦਾ, ਇੰਸਟਾਗ੍ਰਾਮ ਵਾਲਿਆਂ ਦਾ, ਸਾਰਿਆਂ ਦਾ, ਬਾਈਆਂ ਦਾ, ਆਪਣਿਆਂ ਦਾ, ਜਿਨ੍ਹਾਂ ਜਿਨ੍ਹਾਂ ਨੇ ਸ਼ੇਅਰ ਕੀਤੀ। ਅਤੇ ਸਿਰਾ ਯਾਰ ਨਾਟਗਰੇ ਦੀ ਆਵਾਜ਼ ਸੁਣਿਓ ਬਾਈ ਹੁਣ, ਉਹ ਤੇਰੀ ਨੂੰ ਇੱਕ ਰੋਕਦਾ ਨਹੀਂ ਓਏ, ਰੋਜ਼ ਆਵਾਜ਼ ਸੁਣਾਉਂਦਾ ਤੁਹਾਨੂੰ ਇਹਦੀ। ਤੇਲ ਤੇਲ ਫੁੱਲ ਭਰਾਈ ਲਈਏ, ਬਾਅਦ 'ਚ ਜਾਂਦੇ ਹਾਂ ਬਾਈ। ਮਤਲਬ ਧਾਕੜ ਚੀਜ਼ ਆ ਬਾਈ, ਧਾਕੜ ਜੀ ਨੂੰ ਕਹਿੰਦੇ। ਬਾਕੀ ਹੁਣ ਆਪਾਂ ਜਿਹੜੇ ਕੰਮ ਕਰਨੇ ਆ, ਜੋ ਕੰਮ ਕਰਦੇ ਹਾਂ, ਮੈਂ ਕਿਹਾ ਤੇਲ ਤੂਲ ਭਰਾਈ ਲੈਂਦੇ ਕਿਉਂਕਿ ਆਪਾਂ ਦੂਰ ਜਾਣਾ। ਅਤੇ ਰਸਤੇ ਦੇਖਿਓ ਮੈਂ ਕਿਹਾ ਤੁਸੀਂ ਉੱਥੇ ਜਿੱਧਰ ਆਪਾਂ ਜਾਣਾ ਨਾ ਅੱਜ। ਲਓ ਲਓ, ਜੇ ਪਤਾ ਨਹੀਂ ਬਾਈ ਜੇ ਤੁਹਾਨੂੰ ਦਿਖਦਾ ਹੋਊਗਾ, ਕਿਉਂਕਿ ਮੈਂ ਕੁਆਲਿਟੀ ਐਂਡ ਕੀ ਵੀਡੀਓ ਦੀ ਵਧੀਆ ਕੀਤੀ। ਅਤੇ ਜੇ ਦਿਖਦਾ ਹੋਊਗਾ ਨਾ ਤੁਸੀਂ ਆਹ ਦੇਖੋ ਕਿਹੜਾ ਗ੍ਰਾਫਿਕਸ ਦੇਖੋ ਕਿਹੜਾ, ਮਤਲਬ ਇੱਦਾਂ ਲੱਗਦਾ ਨਾ ਜਿੱਦਾਂ ਸੱਚੀ ਦਾ ਮੀਂਹ ਪੈਂਦਾ ਪਿਆ। ਉਹ ਬੱਲੇ ਬੱਲੇ ਬੱਲੇ। ਅਤੇ ਬਾਕੀ ਬਾਈ ਹੁਣੀ ਪੁੱਛਦੇ ਸੀ ਬਾਈ 911 ਦੇ ਸਪੀਕਰ ਚੱਲਦੇ ਆ, ਚੱਲਦੇ ਆ ਬਾਈ, ਸਾਰਾ ਕੁਝ ਚੱਲਦਾ, ਪਰ ਆਪਾਂ ਚਲਾਉਣੇ ਨਹੀਂ ਨਾ, ਫਿਰ ਉਹਨਾਂ ਨੇ ਆਪਣੇ ਚੈਨਲ ਦੇ ਸਪੀਕਰ ਚਲਾ ਦੇਣੇ ਆ। ਸੋ ਮਾਰਦਾ ਲਸ਼ਕੋਰਾਂ, ਅਤੇ ਆਪਾਂ ਜਾਂਦੇ ਹਾਂ ਹੁਣ, ਡਾਇਰੈਕਸ਼ਨ ਲਾ ਹੀ ਲਵਾਂ। ਫੌਜੀ ਆਪਾਂ ਜਾਣਾ ਬਾਈ, ਰੱਬ ਰੱਖੇ ਸੁੱਖ, ਇੱਥੇ ਜੇ ਆਓ ਬਾਈ, ਅਤੇ ਉੱਧਰ ਨੂੰ ਜਾਣਾ ਆਪਾਂ। ਅਤੇ ਉੱਥੋਂ ਕਹਿੰਦੇ ਬਾਈ ਕਿ ਫੌਜੀਆਂ ਦੀ ਇੱਕ ਚੀਜ਼ ਜੀ ਚੋਰੀ ਕੀਤੀ ਆ ਕਿਸੇ ਨੇ, ਪਤਾ ਨਹੀਂ ਚੋਰੀ ਕੀਤੀ ਆ, ਪਤਾ ਨਹੀਂ ਆਈ ਆ, ਅਤੇ ਆਪਾਂ ਉਹ ਲੈਣ ਜਾਣੀ ਆ ਅਤੇ ਉਹਨੂੰ ਖੇਤ 'ਚ ਛੱਡਣਾ। ਹੁਣ ਉਹ ਮੈਨੂੰ ਵੀ ਨਹੀਂ ਪਤਾ ਕੀ ਚੀਜ਼ ਆ, ਟਰਾਲੀ ਆ ਜਾਂ ਕੀ ਆ, ਇਹ ਤਾਂ ਉੱਥੇ ਜਾ ਕੇ ਪਤਾ ਲੱਗੂਗਾ। ਪਰ ਆਪਣੇ ਕੋਲ ਆਪਣਾ ਟਰੈਕਟਰ ਹੈਗਾ ਅਤੇ ਉਹ ਗੱਡੀ ਨੂੰ ਆਪਣੀ ਨੂੰ ਖੇਤ ਛੱਡੇ ਆਉਣਗੇ, ਫਿਰ ਆਪਾਂ ਖੇਤੋਂ ਹੀ ਉਹ ਚੀਜ਼ ਉੱਥੇ ਖੇਤ ਲਾ ਕੇ ਅਤੇ ਫਿਰ ਆਪਾਂ ਗੱਡੀ ਮੋਡੀਫਾਈ ਕਰਨ ਜਾਵਾਂਗੇ ਆਪਣੀ ਸਕਾਰਪੀਓ, ਅਤੇ ਤੁਹਾਨੂੰ ਇੱਕ ਚੀਜ਼ ਵੀ ਦਿਖਾਵਾਂਗੇ ਫਿਰ। ਬੱਲੇ 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 ਬਾਈ, 911 ਦਾ ਬਾਈ ਸਿਰਾ ਹੀ ਆ। ਮਤਲਬ ਹੁਣ ਮੈਨੂੰ ਲੱਗਦਾ ਜਿਹੜੀਆਂ ਆਪਣੀਆਂ ਦੂਜੀਆਂ ਗੱਡੀਆਂ ਮਰਸਡੀ ਹੋ ਗਈ ਜਾਂ ਆਪਣੀ ਦੂਜੀ ਗੱਡੀ ਹੋ ਗਈ ਬਾਈ, ਹੁਣ ਮੇਰਾ ਦਿਲ ਕਰਦਾ, ਹੁਣ ਬਾਈ ਮੇਰਾ ਦਿਲ ਕਰਦਾ ਆਪਾਂ ਉਹ ਗੱਡੀਆਂ ਨੂੰ ਵੇਚ ਦਈਏ, ਕਿਉਂਕਿ ਤੁਸੀਂ ਆਪੇ ਹਿਸਾਬ ਲਾ ਲਓ ਹੁਣ ਆਹ ਜਿਹੜਾ ਟਰੱਕ ਆਪਣਾ ਟਰੈਕਟਰ ਇਹ ਗੱਡੀਆਂ ਵਾਲਾ ਕੰਮ, ਮਤਲਬ ਗੱਡੀਆਂ ਦੀ ਲੋੜ ਹੀ ਨਹੀਂ ਹੁਣ, ਕਿਉਂਕਿ ਜਿੰਨਾ ਇਹ ਬੁੱਕਦਾ ਸਿਰਾ ਹੀ ਆ। ਪਰ ਅੱਜ ਮੌਸਮ ਖਰਾਬ ਜਿਹਾ ਹੋਇਆ ਪਿਆ, ਇਦੂ ਜ਼ਿਆਦਾ ਖਰਾਬ ਨਾ ਹੋ ਜਾਵੇ, ਮੈਨੂੰ ਇਹ ਡਰ ਲੱਗਦਾ, ਕਿਉਂਕਿ ਜਿੱਥੇ ਆਪਾਂ ਜਿਹੜੇ ਰਸਤਿਆਂ 'ਤੇ ਜਾਣਾ ਬਾਈ, ਉਹ ਰਸਤੇ ਇੱਦਾਂ ਦੇ ਹੀ ਆ, ਕੱਚੇ ਜਿਹੇ ਹੀ ਆ, ਅਤੇ ਬਾਕੀ ਪਤਾ ਨਹੀਂ, ਚਲੋ ਦੇਖਦੇ ਹਾਂ। ਪਰ ਹਾਏ ਹਾਏ ਹਾਏ, ਟਾਇਰ ਬਾਹਲੇ ਹੀ ਤਿਲਕਦੇ ਪਈ ਇਹਦੇ, ਪਤਾ ਨਹੀਂ ਇੰਜਣ ਵੱਡਾ ਕਰਕੇ ਨਾ ਤਾਂ ਕਰਕੇ। ਚਲੋ ਦੇਖਦੇ ਹਾਂ ਇੱਥੇ ਯਾਰ ਆਹ ਕੀ ਹੋਏ, ਕਿਉਂਕਿ ਸਮਾਨ ਸਮੂਨ ਬਾਈ ਦੇਖਣਾ ਪੈ ਜਾਂਦਾ ਸਾਨੂੰ, ਅਤੇ ਇੱਥੇ ਕੋਈ ਡਰੰਮ ਡਰੂਮ ਆ ਕੀ, ਟੁੱਟਾ ਸਾਈਕਲ ਪਿਆ। ਬੱਲੇ ਬੱਲੇ ਬੱਲੇ, ਚੱਕ ਸਕਦੇ ਹਾਂ ਬਾਈ ਸਾਈਕਲ ਵੀ,
ਕਿਉਂਕਿ ਆਪਾਂ ਨੂੰ ਸਾਈਕਲ ਵੀ ਚਾਹੀਦਾ ਸੀ। ਹੁਣ ਤੁਸੀਂ ਸੋਚੋਗੇ ਮਰਸੀਡੀ ਵਾਲਾ ਬੰਦਾ ਸਾਈਕਲ ਲੱਭਦਾ ਪਿਆ, ਹੋਰ ਭਰਾਵੋ ਕੀ ਕਰਨਾ ਆਪਾਂ। ਹੁਣ ਮੈਂ ਸੋਚਦਾ ਯਾਰ ਆਪਣੀ ਉਹ ਮਰਸੀਡੀ ਗੱਡੀ ਜਿਹੜੀ ਇਹਦੀ ਕੋਲ ਆਪਣੇ ਡਰਾਈਵਰ ਜੱਟ ਕੋਲ ਜਿਹੜੀ ਫਰੈਂਕਲੀ ਨੇ ਉਹਨੂੰ ਗਿਫਟ ਕੀਤੀ ਸੀ ਉਹ ਆਪਾਂ ਵੇਚ ਵੂਚ ਦਈਏ, ਕਿਉਂਕਿ ਆਪਾਂ ਨੂੰ ਲੋੜ ਹੀ ਨਹੀਂ ਬਾਈ ਇਹਦੀ। ਉਹ ਬੱਲੇ ਬੱਲੇ ਧੁੱਪ ਨਿਕਲਣ ਲੱਗ ਗਈ, ਸ਼ਾਬਾਸ਼। ਓ ਬਾਈ ਓਏ ਹਾਏ 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 ਲੱਗ ਗਿਆ ਰੱਬ ਦਾ, ਮਤਲਬ ਕਹਿੰਦੇ ਨਹੀਂ ਹੁੰਦੇ ਚੋਟੀ ਦਾ ਮੌਸਮ ਹੋ ਗਿਆ ਯਾਰ। ਅਤੇ ਹੁਣ ਜਿਹੜੇ ਆਪਾਂ ਰਸਤੇ ਜਾਣਾ ਤੁਸੀਂ ਦੇਖਿਓ, ਓਏ ਹੋਏ ਬੱਲੇ 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 ਸਮੁੰਦਰ ਦਾ ਪਾਣੀ ਬਾਹਰ ਤੱਕ ਆ ਗਿਆ ਬਾਈ, ਇੰਨਾ ਗੰਦਾ ਮੌਸਮ ਹੋਇਆ ਪਿਆ ਸੀ। ਅਤੇ ਅੱਤ ਕਰਾਤੀ ਯਾਰ, ਅਤੇ ਲਓ ਬਾਈ ਪਹੁੰਚਣ ਵਾਲੇ ਹਾਂ ਆਪਾਂ। ਆਪਾਂ ਉਹ ਨਹੀਂ ਜਿਹੜੀ ਪਹਾੜ ਯਾਰ, ਬਾਈ ਤਾਂ ਕਹਿੰਦਾ ਸੀ ਇੱਧਰ ਹੀ ਆ, ਉਹ ਤੁਹਾਡੀ ਨੂੰ ਆਹ ਕਿਹੜੀਆਂ ਰੇਸਾਂ ਲਾਈ ਜਾਂਦੇ ਇੱਥੇ। ਉਹ ਨਹੀਂ 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 ਮੁੰਡੇ ਝੋਟਾ ਸਾਡੇ ਕੋਲ ਮੋਟਰਸਾਈਕਲ ਹੈ ਨਹੀਂ, ਪਾਸੇ 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 ਹਟ ਜਾਓ ਪਾਸੇ ਹਟ ਜਾਓ, ਉਹ ਬੱਲੇ ਬੱਲੇ ਸਾਡੇ ਪਿੱਛੇ ਪੈ ਗਏ। ਆਪਾਂ ਜਿਹੜਾ ਕੰਮ ਕਰਨਾ ਆ ਬਈ ਉਹ ਕਰੀਏ, ਅਤੇ ਉਹਨੂੰ ਖੇਤ ਲਾ ਕੇ ਆਪਣੀ ਚੀਜ਼ ਨੂੰ ਪਤਾ ਨਹੀਂ ਕਿਹੜੇ ਕੰਮ ਲਈ ਮੰਗਾਈ ਆ ਉਹ ਆਪਣੇ ਫਰੈਂਕਲੀ ਜੱਟ ਨੇ। ਫਰੈਂਕਲੀ ਜੱਟ ਆਪਣਾ ਬਈ ਉਹ ਚੀਜ਼ ਨੂੰ ਇੱਥੇ ਖੜਾ ਗਿਆ ਸੀ, ਅਤੇ ਉਹ ਚੀਜ਼ ਕਿੱਦਾਂ ਚੋਰੀ ਕੀਤੀ ਸੀ ਫਰੈਂਕਲੀ ਜੱਟ ਨੇ ਉਹ ਵੀ ਤੁਹਾਨੂੰ ਦੱਸਾਂਗੇ। ਅਤੇ ਫਿਲਹਾਲ ਆਪਾਂ ਆਹ ਕੰਮ ਕਰ ਲਈਏ ਯਾਰ। ਕਿੱਧਰ ਗਈ ਬਾਈ? ਕਹਿੰਦਾ ਸੀ ਪਹਾੜ 'ਤੇ ਆ, ਤੈਨੂੰ ਲੱਭਣੀ ਪੈਣੀ ਆ, ਪਰ ਲੱਭ ਤਾਂ ਮੈਂ ਲੈਣੀ ਆ, ਪਰ ਇਹ ਨਾ ਹੋ ਜਾਵੇ ਨਾ ਹੁਣ ਮੌਸਮ ਸਹੀ ਆ, ਧੁੱਪ ਧੁੱਪ ਲੱਗੀ ਆ, ਮੌਸਮ ਖਰਾਬ ਨਾ ਹੋ ਜਾਵੇ, ਕਿਉਂਕਿ ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਬਾਈ ਆਹ ਇੱਥੇ ਤਾਂ ਇੱਦਾਂ ਲੱਗਦਾ ਬਾਈ, ਆਪਾਂ ਮੈਨੂੰ ਲੱਗਦਾ ਕਿ ਨਾੜ ਗਿਆਰ ਆਪਾਂ ਧੁਆ ਸਕਦੇ, ਇੱਥੇ ਡੋਬਣਾ ਜਾਵੇ ਆਪਣਾ। ਸਹੀ ਆ ਪਰ ਰੁਕਦਾ ਨਹੀਂ ਯਾਰ ਛੇਤੀ, ਇਹਦੇ ਇੰਜਣ ਜ਼ਿਆਦਾ ਵੱਡਾ, ਬ੍ਰੇਕ ਇੰਨੇ ਕੰਮ ਨਹੀਂ ਕਰਦੇ। ਚਲੋ ਇਹ ਵੀ ਕਰਦੇ ਹਾਂ ਯਾਰ, ਚਲੋ ਮੁੰਡੇ ਜ਼ਿਆਦਾ ਟਾਈਮ ਆਪਾਂ ਨਾਮ ਖਰਾਬ ਕਰਦੇ ਹੋਏ ਨਾ। ਪਰ ਆ ਬਾਈ ਦੇਖੋ ਯਾਰ, ਸੱਚੀ ਮਜ਼ਾਕ ਨਹੀਂ, ਆ ਝਰਨੇ ਜੇ ਦੇਖੋ ਇੱਥੇ ਕਿੰਨੇ ਕਾਇਮ ਲੱਗਦੇ। ਉਹ ਤੇਰੀ ਮਤਲਬ ਦੇਖੋ ਬਾਈ, ਪਾ ਪੁਲ ਜਾਣਾ ਸੀ ਸੱਚ, ਇੱਥੇ ਬੰਦਾ ਮੱਛੀਆਂ ਮੁੱਛੀਆਂ ਫੜਨ ਵੀ ਆ ਸਕਦਾ, ਆਪਾਂ ਮੱਛੀਆਂ ਵੀ ਫੜਨੀਆਂ ਯਾਰ, ਇੱਥੇ ਬਹੁਤ ਕੰਮ ਕਰਨ ਵਾਲੇ ਪਏ ਆ। ਸੋ ਓਏ ਬੱਲੇ ਬੱਲੇ ਲੂੰਬੜੀਓ ਤੁਹਾਡੇ, ਅਤੇ ਇੱਥੇ ਕਰਕੇ ਨਾ ਯਾਰ ਮੈਂ ਫਰੈਂਕਲੀ ਨੂੰ ਫੋਨ ਲਾ ਕੇ ਪੁੱਛਦਾ ਕਿੱਥੇ ਖੜਾ ਹੈਗਾ ਉਹ ਚੀਜ਼ ਹੀ ਲਈ, ਅਤੇ ਉਹ ਕਹਿੰਦਾ ਸੀ ਟਰੈਕਟਰ ਦੇ ਪਿੱਛੇ ਪਾ ਕੇ ਲਿਆਈ, ਉਹਨੇ ਪਤਾ ਨਹੀਂ ਕਿੱਦਾਂ ਲਿਆਉਂਦੀ ਹੋਊਗੀ। ਇੱਦਾਂ ਕਰਦੇ ਬਾਈ ਇੱਥੇ ਰੋਕੋ ਯਾਰ, ਫਰੈਂਕਲੀ ਨੂੰ ਫੋਨ ਲਾ ਲੈਂਦੇ ਬਾਈ। ਫਰੈਂਕਲੀ ਫੋਨ ਲਾਉਣਾ ਪੈਂਦਾ ਬਾਈ, ਕੀ ਕਰੀਏ ਇਕੱਲੇ ਬੰਦੇ ਦਾ ਕੰਮ ਨਹੀਂ। ਲਓ ਬਾਈ ਫਰੈਂਕਲੀ ਨੂੰ ਫੋਨ ਲਾ ਲਿਆ, ਫਰੈਂਕਲੀ ਕਹਿੰਦਾ ਇੱਥੇ ਹੀ ਆ ਮੈਂ, ਮੈਨੂੰ ਚੱਕ ਲਈ ਥੋੜ੍ਹਾ ਜਿਹਾ ਅੱਗੇ ਨੂੰ ਆ ਜਾ, ਉਹਨੂੰ ਪਤਾ ਲੱਗ ਗਿਆ ਨਾ, ਕਹਿੰਦਾ ਤੂੰ ਹਜੇ ਆਇਆ ਹੀ ਨਹੀਂ, ਨੈਵੀਗੇਸ਼ਨ ਆਪਾਂ ਕਿੱਥੇ ਲਾਈ ਆ, ਅਤੇ ਆਪਾਂ ਲੱਭੀ ਉਹਨੂੰ ਇੱਥੇ ਜਾਂਦੇ ਹਾਂ। ਸੋ ਥੋੜ੍ਹਾ ਜਿਹਾ ਉੱਪਰ ਜਾਣਾ ਬਾਈ ਪਹਾੜ 'ਤੇ, ਅਤੇ ਉਹ ਵਾਲੀ ਚੀਜ਼ ਆਪਾਂ ਚੱਕਣੀ ਆ, ਕਿਉਂਕਿ ਟਾਈਮ ਦੇ ਵੀ ਯਾਰ ਕਸੂਤਾ ਜਿਹਾ ਕੰਮ ਆ, ਮੌਸਮ ਨਾ ਖਰਾਬ ਹੋ ਜਾਵੇ, ਮੈਨੂੰ ਤਾਂ ਇਹੀ ਚੱਕਰ ਆ, ਕਿਉਂਕਿ ਜੇ ਮੌਸਮ ਖਰਾਬ ਹੋ ਗਿਆ ਫਿਰ ਬਾਈ ਆਪਾਂ ਸਕਾਰਪੀਓ ਜਿਹੜੀ ਦੇਣ ਜਾਣੀ ਆ ਨਾ ਬਣਾਉਣ, ਉਹਦਾ ਕੰਮ ਆਪਣਾ ਲੇਟ ਹੋ ਜੂਗਾ, ਕਿਉਂਕਿ ਹੁਣ ਵਧੀਆ ਧੁੱਪ ਲੱਗ ਗਈ, ਜਦੋਂ ਤੁਰੇ ਸੀ ਉਦੋਂ ਕਣੀਆਂ ਪੈਂਦੀਆਂ ਸੀ, ਹੁਣ ਤਾਂ ਚਲੋ ਦਿਨ ਪੂਰਾ ਵਧੀਆ ਹੋ ਗਿਆ, ਅਤੇ ਆਪਾਂ ਨਾੜ ਗਿਆਰਾ ਪਤਾ ਨਹੀਂ ਕਿਹੜੇ ਖੇਤਾਂ ਵਿੱਚ ਪਾਇਆ। ਹੁਣ ਯਾਰ ਕਹਿੰਦਾ ਤਾਂ ਇੱਥੇ ਹੀ ਸੀਗਾ ਮਾਮਾ ਹੀਰ ਦਾ, ਥੋੜ੍ਹਾ ਜਿਹਾ ਉੱਪਰ ਜਾ ਉੜੇਨੇ ਆ। ਓਏ ਹੋਏ ਆਹ ਰਸਤੇ ਦੇਖੋ ਬਾਈ ਕਿੰਨੇ ਟੋਪ ਟੋਪ ਦੇ ਓਏ, ਓਏ ਹੋਏ 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 ਹੋਏ, ਪਰ ਵਧੀਆ ਕੀਤਾ ਆਪਾਂ ਆਪਣਾ ਟਰੈਕਟਰ ਲਿਆਂਦਾ ਇੱਥੇ ਬਾਈ, ਕਿਉਂਕਿ ਟਰੈਕਟਰ ਨਹੀਂ ਇੱਥੇ ਦੱਬਦਾ। ਅਤੇ ਬੱਲੇ ਪਹਾੜ 'ਤੇ ਵੀ ਜਾਣਾ ਬਣਦਾ ਬਾਈ, ਨਹੀਂ ਪਰ ਆਪਾਂ ਨਾਟ ਗਿਆਰੇ ਨੂੰ ਨਹੀਂ ਲੈ ਕੇ ਗਏ ਹਨਾ ਵੱਡੀ ਪਹਾੜ 'ਤੇ, ਕਿਉਂਕਿ ਇਹਦੀ ਪਾਵਰ ਪੂਵਰ ਚੈੱਕ ਕਰਨੀ, ਉਹ ਤਾਂ ਖੜਦਾ ਹੀ ਨਹੀਂ ਬੱਲੇ। ਲਓ ਬਾਈ ਉਹ ਬੱਲੇ 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 ਆ ਗਿਆ ਬਾਈ ਆਪਣਾ ਫਰੈਂਕਲੀ ਜੱਟ, ਉਹ ਤੁਹਾਡੀ ਨੂੰ ਫਰੈਂਕਲੀ ਜੱਟ ਤਾਂ ਖੜਾ ਬਾਈ, ਆਹਲੀ ਚੀਜ਼ ਆ ਕੀ ਲਾਇਆ ਪਿਆ, ਅਤੇ ਅੱਗੇ ਜੰਗਲੀ ਸੂਰ ਖੜਾ ਬਾਈ, ਇੱਕ ਜੰਗਲੀ ਸੂਰ ਹੀ ਆ ਨਾ ਅਤੇ ਦੂਜਾ ਨੋਰਮਲ ਸੂਰ ਆ। ਫਰੈਂਕਲੀ ਕਹਿੰਦਾ ਜੰਗਲੀ ਸੂਰ ਆ ਬਾਈ ਇਹਦਾ ਕਰ ਕੁਛ, ਅਤੇ ਆਹਲੀ ਚੀਜ਼ ਲਿਆਂਦੀ ਬਾਈ, ਇਹ ਹੈ ਕੀ ਚੀਜ਼ ਆ, ਬੈੱਡ ਜਿਹਾ ਲਿਆਂਦਾ, ਉਹ ਬੱਲੇ ਬੱਲੇ ਇਹਦੇ ਉੱਤੇ ਉਹ ਲੱਗੀ ਆ, ਅਤੇ ਆ ਜੰਗਲੀ ਸੂਰ ਦਾ ਬਾਈ ਕਾਂਡ ਕਰਨਾ ਪੈਣਾ। ਉਹ ਤੁਹਾਡੀ ਨੂੰ ਬਸ 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 ਬਾਈ, ਕੁਛ ਨਹੀਂ ਦੇਖਿਆ ਕੁਛ ਨਹੀਂ ਦੇਖਿਆ ਤੁਸੀਂ, ਉਹ ਤੁਹਾਡੀ ਨੂੰ ਦੰਦ ਦੇਖੋ ਇਹਦੇ ਕਿੱਡੇ ਕਿੱਡੇ, ਬੱਲੇ ਬੱਲੇ ਬੱਲੇ। ਅਤੇ ਆ ਇਹਨੂੰ ਹੁਣ ਟਰੈਕਟਰ ਦੇ ਪਿੱਛੇ ਪਾਉਣਾ, ਇਹ ਹੈ ਕੀ ਚੀਜ਼ ਆ। ਓਏ ਹੋਏ 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 ਓਕੇ ਬੱਲੇ, ਇਹ ਫਰੈਂਕਲੀ ਜੱਟ ਨੇ ਕਿੱਧਰੋਂ ਚੋਰੀ ਕਰ ਲਈ ਬਈ, ਮਤਲਬ ਗੋਲੀਆਂ ਵੀ ਛੱਡਦੀਆਂ। ਪਰ ਇਹ ਹੁਣ ਆਪਾਂ ਦੇਖਣਾ ਇਹ ਆ, ਇਹ ਆਪਣੇ ਟਰੈਕਟਰ ਦੇ ਪਿੱਛੇ ਪੈ ਜੂਗੀ ਬਈ। ਉਹ ਬੱਲੇ ਬੱਲੇ ਉਹ ਯਾਰ ਬੱਦਲ ਬਾਈ ਵੀ ਹੋਣ ਵਾਲੀ ਆ ਬਈ, ਬੱਦਲ ਵੀ ਆ ਗਏ ਤੁਹਾਡੀ ਨੂੰ, ਉਹ ਤੁਹਾਡੀ ਨੂੰ ਬਾਈ
ਅਚਾਨਕ ਮੀਂਹ ਪੈਣ ਲੱਗ ਗਿਆ ਬਾਈ, ਉਹ ਤੁਹਾਡੇ ਨਖਰਾ ਤੁਹਾਡਾ ਨਖਰਾ। ਅਤੇ ਇੱਧਰ ਦੇਖੋ ਬਾਈ, ਆਪਣਾ ਟਰੈਕਟਰ ਪੂਰਾ ਭਿੱਜਿਆ ਪਿਆ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਦਿਖਦਾ। ਆ ਜਿਹੜਾ ਮੀਂਹ ਆ, ਮੌਸਮ ਦੇਖੋ ਪੂਰਾ ਜਿੱਦਾਂ ਖਰਾਬ ਮੌਸਮ ਫਰੈਂਕਲੀ ਪਾਸੇ। ਅਤੇ ਫਰੈਂਕਲੀ ਬਾਈ ਆਪਣਾ ਦੇਖੋ ਜੰਗਲਾਂ 'ਚ ਬਾਈ ਆਪਣਾ ਸੂਰ ਮਰਵਾਤਾ ਇੱਥੇ ਤੁਸੀਂ ਦੇਖੋ। ਪਰ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ, ਮੌਸਮ ਖਰਾਬ ਹੋ ਗਿਆ ਅਤੇ ਆਪਣੇ ਟਰੈਕਟਰ ਦੇ ਪਿੱਛੇ ਪੈ ਜੂਗੀ। ਹੁੱਕ ਸਹੀ ਕਰਨੀ ਪੈਣੀ ਯਾਰ, ਪਹਿਲਾਂ ਨਾ ਮੈਨੂੰ ਆਹ ਕਰਾਂ ਬਾਈ, ਆ ਮੈਂ ਤੁਹਾਨੂੰ ਦੇਖਿਆ ਨਹੀਂ ਜਾਂਦਾ ਆ ਜਿਹੜਾ ਸੂਰ ਜਿਹਾ ਮਰਿਆ ਪਿਆ ਇੱਥੇ। ਫਰੈਂਕਲੀ ਨੂੰ ਕਹਿੰਦੇ ਆ ਬਾਈ ਇਹਨੂੰ ਲਿਫਾਫੇ 'ਚ ਪਾਲੀ, ਜਦੋਂ ਇਹਦਾ ਭੜਥਾ ਬਣ ਗਿਆ। ਹੁਣ ਮੀਂਹ 'ਚ ਅੱਗ ਲੱਗ ਜੂਗੀ ਬਾਈ, ਆਹ ਵੀ ਦੇਖਦੇ ਹਾਂ ਆਪਾਂ। ਬੱਲੇ ਹੋ ਗਿਆ ਕੰਮ ਸੈੱਟ, ਉਹ ਫਰੈਂਕਲੀ ਬੋਂਦਲ ਗਿਆ। ਉਹ ਤੁਹਾਡਾ ਚੱਲ ਵਾ ਕਿੱਧਰ, ਫਰੈਂਕਲੀ ਨੂੰ ਕੀ ਹੋ ਗਿਆ ਬਾਈ? ਸੂਰ ਦੀ ਅੱਗ ਦੇਖ ਕੇ ਹੀ ਮਾਮਾ ਹੀਰ ਦਾ ਕੀ ਕਰੀ ਜਾਂਦਾ, ਉਹ ਡੈਗਣਾ ਪਈ ਥੱਲੇ ਆ ਜਾ। ਲਓ ਬਾਈ ਆਹਲੀ ਚੀਜ਼ ਫਰੈਂਕਲੀ ਜੱਟ ਨੇ ਆਪਣਿਆਂ ਨੂੰ ਮਤਲਬ ਇੱਥੇ ਲਿਆ ਕੇ ਖੜਾਈ ਆ, ਅਤੇ ਇਹ ਸਮਝ ਨਹੀਂ ਲੱਗੀ ਮੈਨੂੰ ਕਿਸ ਕੰਮ ਲਈ ਹੈ ਨਾ। ਚਲੋ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂ ਬਾਈ ਇਹਦਾ। ਚਲੋ ਬਾਈ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿਹੜੇ ਕੰਮ ਲਈ ਮੰਗਾਈ ਆ। ਅਤੇ ਇਹਦਾ ਹੁਣ ਮੈਂ ਪਿੱਛੇ ਪਾਲਾਂ ਇਹਨੂੰ, ਬੱਲੇ ਟਰੈਕਟਰ ਦੇ ਪਿੱਛੇ ਪੈ ਗਈ ਆ। ਅਤੇ ਆਪਣੇ ਫਰੈਂਕਲੀ ਨੂੰ ਫਿਰ ਇੱਥੇ ਹੀ ਆਪਾਂ ਟਾਟਾ ਟਾਟਾ ਬਾਏ ਕਰ ਦਿੰਦੇ ਹਾਂ। ਅਤੇ ਫਰੈਂਕਲੀ ਬਾਈ ਆਪਣਾ ਖਿਆਲ ਰੱਖੀ, ਮੀਂਹ ਬਹੁਤ ਜ਼ਿਆਦਾ, ਅਤੇ ਇਹਨੂੰ ਲੈ ਜਾਂਦੇ ਹਾਂ ਬਾਈ ਆਪਾਂ ਖੇਤ ਲੁਕੋ ਕੇ ਲਾ ਦਿੰਦੇ ਹਾਂ, ਕਿਉਂਕਿ ਇਹਨੇ ਚੋਰੀ ਕੀਤੀ ਆ। ਫਰੈਂਕਲੀ ਹੁਣ ਆਪੇ ਹੀ ਜਾ ਉਡੂਗਾ ਯਾਰ ਘਰੇ, ਸ਼ਾਬਾਸ਼ ਤੇਰੇ, ਭੱਜਿਆ ਭੱਜਿਆ ਭੱਜਿਆ, ਤੂੰ ਪਿੱਛੇ ਹੀ ਆ ਬਾਈ, ਪਿੱਛੇ ਬਹਿ ਜਾ ਫਿਰ ਮਾਮਾ ਅਤੇ ਬੈਠੂਗਾ। ਹਾਏ ਹਾਏ ਆ ਤੇਰਾ, ਨਹੀਂ ਨਹੀਂ ਟਰੈਕਟਰ ਦੀ ਨਾਲ ਨਹੀਂ ਬਹਿੰਦਾ ਬਾਈ, ਟਰੈਕਟਰ ਦੇ ਨਾਲ ਨਹੀਂ ਬਹਿੰਦਾ। ਚੱਲ ਯਾਰ ਫਰੈਂਕਲੀ ਸਾਨੂੰ ਤੇਰੇ 'ਤੇ ਤਰਸ ਆ ਗਿਆ, ਅਤੇ ਬਾਈ ਜੇ ਤੁਹਾਨੂੰ ਦਿਖਦਾ ਗਾ ਗ੍ਰਾਫਿਕਸ ਹੋਏ ਤਾਂ ਇੱਕ ਵਾਰੀ ਕਮੈਂਟਾਂ 'ਚ ਜ਼ਰੂਰ ਲਿਖਿਓ ਸਿਰਾ ਬਾਈ, ਜਾਂ ਗ੍ਰਾਫਿਕਸ ਤੁਹਾਨੂੰ ਸਿਰਾ ਲੱਗਿਆ। ਹਾਏ 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 ਵਿਊ ਦੇਖੋ ਏ ਬਾਈ, ਇਹ ਤਾਂ ਪੂਰੀ GTA 6 ਲੱਗਦੀ ਪਈ ਆ। ਓਏ ਹਾਏ 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 ਓਏ ਪੂਰਾ ਬਾਈ, ਮੈਨੂੰ ਇੱਦਾਂ ਲੱਗਦਾ ਮੈਂ ਗੇਮ ਦੇ ਵਿੱਚ ਹੀ ਵੜ ਗਿਆ। ਚਲੋ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ, ਚੱਲ ਫਰੈਂਕਲੀ ਮਿਲਦੇ ਹਾਂ ਫਿਰ, ਅਤੇ ਅਸੀਂ ਬਾਈ ਇਹਨੂੰ ਲੈ ਕੇ ਚੱਲੀਏ ਆਪਣੇ ਖੇਤ। ਖੇਤ ਦਾ ਡਾਇਰੈਕਸ਼ਨ ਲਾ ਲਈਏ ਯਾਰ, ਖੇਤ ਆਪਣਾ ਇੱਧਰ ਆ, ਓਕੇ। ਅਤੇ ਖੇਤ ਆਪਣੀ ਗੱਡੀ ਵੀ ਪਿੱਛੇ ਜਾਣਾ ਸੀ, ਪਿੱਛੇ ਜਾਣਾ ਝੋਟਿਆ, ਕਿੱਧਰ ਦੀ ਮੋੜੀਏ ਬਾਈ ਇਹਨੂੰ, ਇੱਥੋਂ ਦੀ ਮੋੜ ਲੈਂਦੇ ਹਾਂ। ਬੱਲੇ ਕਮਾਲ ਕਮਾਲ ਦੀਆਂ ਚੀਜ਼ਾਂ ਲੈ ਕੇ ਆਉਂਦਾ ਬਾਈ ਆਪਣਾ ਫਰੈਂਕਲੀ ਜੱਟ। ਓਏ ਹੋਏ ਹੁਣ ਪਤਾ ਲੱਗਦਾ ਝੋ ਇਹਦੀ ਜਾਣ ਦਾ ਬਾਈ, ਹੈਗੀ ਜਾਣ ਬਾਈ ਟਰੈਕਟਰ 'ਚ। ਉਹ ਤੇਰੀ ਨੂੰ ਲੰਬਰਗਿਨੀ ਓਏ ਬਾਈ, ਆ ਕੀ ਦੀ ਲੰਬਰਗਿਨੀ ਸੀ, ਲੰਬਰਗਿਨੀ ਆ ਤੇ ਕੀ ਆ। ਓਏ ਹੋਏ 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 ਜੰਗਲ ਮੈਂ ਮੰਗਲ ਹੋ ਰਿਹਾ ਥਾ ਬਾਈ, ਅਤੇ ਇਹਨਾਂ ਪਿੱਛੇ ਕੁਛ ਪਿਆ ਸੀ। ਕਮਾਲ ਵਾਲਾ ਚਾਚਾ, ਕਾਲ ਯੁੱਗ ਆ ਬਾਈ ਕਾਲ ਯੁੱਗ, ਕੁਛ ਪਤਾ ਨਹੀਂ ਲੱਗਦਾ ਇਹ ਆਪਣੇ ਕੋਲ ਹੀ ਕਾਹਤੋਂ ਆਉਂਦੀ ਪਈ ਬਈ। ਰੋਕ 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 ਬਈ, ਘੈਂਟ ਲੰਬਰਗਿਨੀ ਓਏ, ਸਾਡਾ 911 ਫਸ ਗਿਆ ਸਾਲਿਆ, ਟੋਚ ਨਹੀਂ ਪਵਾ ਦਿੰਦਾ ਲੰਬਰਗਿਨੀ ਨਾਲ, ਨਿਕਲ ਗਿਆ ਹੈਗੀ ਜਾਣ। ਚਲੋ ਬਈ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ, ਅਤੇ ਆਪਾਂ ਲੈ ਕੇ ਚੱਲੀਏ ਯਾਰ ਇਹਨੂੰ ਆਪਣੇ ਖੇਤ, ਕਿਉਂਕਿ ਮੌਸਮ ਦਾ ਬੁਰਾ ਹਾਲ ਹੋਇਆ ਪਿਆ। ਅਤੇ ਹਜੇ ਆਪਾਂ ਆਪਣੀ ਗੱਡੀ ਛੱਡ ਕੇ ਆਉਣੀ ਯਾਰ ਮੱਦੀ ਮਕੈਨਿਕ ਕੋਲ, ਕਿਉਂਕਿ ਮੱਦੀ ਮਕੈਨਿਕ ਬਾਈ ਆਪਣੀ ਸਿੱਧੂ ਬਾਈ ਦੀ ਹਵੇਲੀ 'ਚ ਆਇਆ, ਅਤੇ ਮੱਦੀ ਮਕੈਨਿਕ ਬਾਈ ਦੀ ਗੱਡੀ ਠੀਕ ਕਰਨ ਆਇਆ ਸੀ ਸਿੱਧੂ ਦੀ। ਅਤੇ ਆਹ ਦੇਖ ਬਾਈ, ਆਹ ਦੇਖ ਆਪਣਾ ਸ਼ਿਕਾਰੀ, ਅਤੇ ਆਹ ਲੰਬਰਗਿਨੀ ਪਲਟ ਗਈ ਓਏ। ਹਾਏ 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 ਹਾਏ, ਕਰੀਏ ਬਾਈ ਇਹਦੀ ਹੈਲਪ ਮੁੰਡੇ ਦੀ, ਕਰੀਏ ਸਿੱਧੀ ਲੰਬਰਗਿਨੀ। ਓਏ ਹੋਏ 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 ਹੋਏ, ਲੈ ਬਾਈ ਇਹ ਵੀ ਕੀ ਯਾਦ ਰੱਖੂਗਾ। ਥੋੜ੍ਹਾ ਜਿਹਾ ਠੀਕ ਹੋ ਗਿਆ, ਤੁਹਾਨੂੰ ਲੰਬਰਗਿਨੀ ਆਪਾਂ ਦਿਖਾ ਦਿੰਦੇ ਹਾਂ, ਕਿਉਂਕਿ ਮੌਸਮ 'ਤੇ ਆਹ ਦੇਖੋ ਬਾਈ ਆਹ ਲੰਬਰਗਿਨੀ ਕਾਸ ਜੱਜ। ਯਾਰ ਗੋਲੀਆਂ ਕੌਣ ਮਾਰਦਾ ਪਿਆ ਮੈਨੂੰ, ਸ਼ਿਕਾਰੀ ਓਏ, ਉਹ ਸ਼ਿਕਾਰੀ ਨੂੰ ਕਿਹਨੇ ਮਾਰਤਾ ਬਾਈ, ਸ਼ਿਕਾਰੀ ਨੂੰ ਕਿਹਨੇ ਮਾਰਤਾ ਬਾਈ, ਕਮਾਲ ਤੁਹਾਡੀ ਨੂੰ ਆ ਖੜਾ। ਓਕੇ ਉਹ ਮਾਮਾ ਪਿੱਛੇ ਨਹੀਂ ਬਹਿਣਾ ਆਪਾਂ, ਇਹ 'ਚ ਬਹਿਣਾ ਆਪਣੇ ਟਰੈਕਟਰ 'ਤੇ, ਨਿਕਲੀਏ ਯਾਰ ਬਾਈ। ਇਹ ਹੋਰ ਹੀ ਪਾਸੇ ਜੰਗਲਾਂ 'ਚ ਪਾਇਆ ਪਿਆ ਸਾਨੂੰ, ਇੱਥੇ ਮੌਸਮ ਬੜੀ ਛੇਤੀ ਚੇਂਜ ਹੁੰਦਾ। ਚਲੋ ਯਾਰ ਹੁਣ ਇਦੂ ਪਹਿਲਾਂ ਕਿੱਥੇ ਭੂਤ ਭਾਤ ਆਵੇ ਬਾਈ, ਆਪਾਂ ਨਿਕਲਦੇ ਹਾਂ ਇੱਥੋਂ। ਸ਼ਿਕਾਰੀ ਹੈ ਕਾਹ ਫਿਰਦਾ ਬਾਈ, ਆਹ ਤੇਰਾ ਕੁੱਤਾ ਗਿਆ ਏ, ਸੋਰੀ ਸ਼ਿਕਾਰੀ ਬਾਈ। ਲਓ ਬਾਈ ਜਾਂਦੇ ਹਾਂ ਯਾਰ ਆਪਾਂ ਆਪਣੇ ਖੇਤ, ਕਿਉਂਕਿ ਮੈਨੂੰ ਬਾਈ ਜਿੱਦਾਂ ਦਾ ਇਹਦਾ ਵੈਦਰ ਆ ਨਾ ਹੋਇਆ ਪਿਆ ਅੱਜ, ਅਤੇ ਜਿੱਦਾਂ ਦੇ ਹਾਲਾਤ ਆ, ਜਿੱਦਾਂ ਲੰਬਰਗਿਨੀਆਂ ਫਿਰਦੀਆਂ, ਬਚੋ ਬਾਈ ਜਿੰਨਾ ਬਾਅਦ 'ਚ ਹੁੰਦਾ ਬਚੋ। ਪਰ ਘੈਂਟ ਮੌਸਮ ਆ ਯਾਰ, ਮੰਨੋ ਨਾ ਮੰਨੋ ਬਾਈ, ਪੂਰੀ ਇੱਦਾਂ ਦੀ ਫੀਲਿੰਗ ਆਉਂਦੀ ਆ ਜਿੱਦਾਂ
ਅਸਲੀ ਤਾਂ ਨਹੀਂ ਹੁੰਦਾ ਕੰਮ, ਗੜੇ ਪੈਂਦੇ ਹੁੰਦੇ, ਪੂਰਾ ਵਧੀਆ ਲੱਗਦਾ ਪਿਆ। ਅਤੇ ਹੁਣ ਆਪਾਂ ਸੜਕ ਤੋਂ ਦੀ ਪਾ ਲਿਆ, ਫਰੈਂਕਲੀ ਨੇ ਕਿਹਾ ਸੀ ਖੇਤਾਂ ਵਿੱਚ ਦੀ ਲੈ ਕੇ ਜਾ, ਕਿਉਂਕਿ ਮਿਲਟਰੀ ਵਾਲਿਆਂ ਤੋਂ ਚੋਰੀ ਕੀਤੀ ਆ, ਉਹਨੇ ਪਤਾ ਨਹੀਂ ਕੀ ਚੀਜ਼ ਹੈ, ਪਤਾ ਨਹੀਂ ਕਿਹੜੇ ਕੰਮ ਲਈ ਕੀਤੀ ਆ। ਅਤੇ ਚਲੋ ਸੜਕ 'ਤੇ ਹੀ ਪਾ ਲਈ ਆਪਾਂ, ਦੇਖੀ ਜਾਊਗੀ ਬਾਈ। ਅਤੇ ਹੁਣ ਇਹਨੂੰ ਆਪਾਂ ਲੈ ਕੇ ਜਾਂਦੇ ਹਾਂ ਆਪਣੇ ਘਰ। ਹਾਏ ਹਾਏ ਹਾਏ, ਆ ਤੇਰਾ ਏ ਬਾਈ, ਟਰੈਕਟਰ ਦੇ ਸੱਚੀ ਬ੍ਰੇਕ ਘੱਟ ਆਏ, ਟਰੈਕਟਰ ਹੋਜੂ ਸਿੱਧਾ ਸਾਡਾ। ਏ ਮਾਮਾ ਹੀਟ ਦੇ ਆ, ਤੂੰ ਇਹਨੂੰ ਚੱਕ ਲਾ ਬਾਈ, ਟਰੈਕਟਰ ਪਲਟ ਗਿਆ ਏ, ਮਾਰਾ ਟਰੈਕਟਰ ਪਲਟ ਗਿਆ। ਬਗਾਈਸ ਗਾਈਸ ਗਾਈਸ, ਗੱਡੀ ਦਿਓ ਬਈ, ਆ ਤੇਰੀ ਨੂੰ ਏ ਭੰਨਤਾ, ਗੱਡੀ ਦੇ ਬਾਈ, ਗੱਡੀ ਦੇ ਜਲਦੀ, ਗੱਡੀ ਦੇ ਦੇ। ਉਹ ਥਾਰ ਵਾਲਿਆਂ ਰੋਕੀ ਹੋਏ ਬਾਈ, ਸੁਣਦਾ ਹੀ ਨਹੀਂ ਕੋਈ ਡਰਾਈਵਰ ਜੱਟ ਦੀ। ਵੈਰੀ ਨਾਈਸ, ਤੇਰੇ ਕੀ ਕੰਮ ਆ ਯਾਰ ਸਾਨੂੰ, ਹਮਰ ਦੇ ਹਮਰ ਬਾਈ, ਹਮਰ ਨਾਲ ਨਿਕਲ ਜੂ ਮੈਨੂੰ ਲੱਗਦਾ ਟਰੈਕਟਰ ਆਪਣਾ, ਧੱਕਾ ਜਿਹਾ ਹੀ ਮਾਰਨਾ ਮਾੜਾ ਕੁ, ਟਰੈਕਟਰ ਮੂਧਾ ਕਰਤਾ ਬਾਈ ਸਾਡਾ। ਟਰੈਕਟਰ ਦੇ ਬਾਈ ਟਾਇਰ ਨਹੀਂ ਬ੍ਰੇਕ ਕਸਾਉਣ ਵਾਲੇ ਆ ਯਾਰ, ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀ, ਪਰ ਮੇਰਾ ਟਾਈਮ ਹੀ ਨਹੀਂ ਲੱਗਿਆ ਯਾਰ, ਹਮਰ ਹੀ ਮੂਧੀ ਕਰਤੀ ਟਰੈਕਟਰ। ਓਏ ਚੱਲ ਬਾਈ, ਇਹਨੂੰ ਤਾਂ ਬਾਹਰ ਕੱਢੀਏ ਪਹਿਲਾਂ, ਇਹ ਤਾਂ ਗਈ ਬਾਹਰ। ਓਕੇ ਟਰੈਕਟਰ ਰਹਿ ਗਿਆ, ਲਓ ਬਾਈ। ਓਕੇ ਲਓ ਬਾਈ, ਕਰਦੇ ਕਰਾਉਂਦੇ ਆਪਾਂ ਆਪਣਾ ਟਰੈਕਟਰ ਕੱਢ ਲਿਆ, ਅਤੇ ਟਰੈਕਟਰ ਦੀ ਮੈਨੂੰ ਲੱਗਦਾ ਹੋਣ ਵਾਲੀ ਆ ਬਾਈ ਹੁਣ ਰਿਪੇਅਰ, ਕਿਉਂਕਿ ਦੇਖੋ ਤੁਸੀਂ ਚੱਲਦਾ ਨਾ ਹਜੇ, ਚੱਲਦਾ ਤਾਂ ਹੈਗਾ ਸ਼ੇਅਰ, ਪਰ ਇੱਕ ਲਾਈਟ ਟੁੱਟ ਗਈ ਬਾਈ, ਵਿੰਗਾ ਹੋ ਗਿਆ ਹੈ ਕੋਈ ਹੋਰ ਦਾ ਲੋਗੋ, ਦੇਖੋ ਤੁਸੀਂ, ਪਰ ਸ਼ੁਕਰ ਕਰੋ ਟਾਇਰ ਟੂਰ ਨਹੀਂ ਟੁੱਟਿਆ। ਆ ਮੀਂਹ ਕਾਰਨ ਨਾ ਬਾਈ ਇਹਦੇ ਸਲੈਪ ਵਾਲੇ ਵੱਜਦੇ ਟਰੈਕਟਰ ਦੇ, ਪਾਈਏ ਯਾਰ ਪਿੱਛੇ ਨੂੰ। ਲਓ ਬਾਈ ਫੇਰ ਫਸ ਗਿਆ, ਨਿਕਲ 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 ਬਾਈ ਨਿਕਲ, ਧੱਕਾ ਜਿਹਾ ਮਾਰ ਕੇ ਕੱਢ ਲਈਏ ਬਾਈ ਇਹਨੂੰ, ਉਹ ਤੇਰੀ ਨੂੰ। ਇਹਨੂੰ ਕਹਿੰਦੇ ਬਾਈ ਨਾਟ ਗਿਆਰਾਂ, ਇਹਨੂੰ ਕਹਿੰਦੇ ਨਾਟ ਗਿਆਰਾਂ, ਕਾਫੀ ਟਾਈਮ ਖਰਾਬ ਕੀਤਾ ਯਾਰ ਉਹ। ਚਲੋ ਕੋਈ ਨਾ, ਲਓ ਬਾਈ ਲੈ ਜਾਂਦੇ ਇਹਨੂੰ ਆਪਾਂ ਆਪਣੇ ਖੇਤ, ਅਤੇ ਜਾਂਦੇ ਹਾਂ ਯਾਰ ਆਪਾਂ ਆਪਣੀ ਮੋਡੀਫਾਈ ਕਰਨ, ਆਪਣੀ ਕੀ ਕਹਿੰਦੇ ਹੁੰਦੇ ਆ ਮੱਦੀ ਮਕੈਨਿਕ ਨੂੰ ਦੇਣ ਜਾਂਦੇ ਹਾਂ ਬਾਈ ਆਪਣੀ ਸਕਾਰਪੀਓ, ਅਤੇ ਪਹਿਲਾਂ ਆਪਾਂ ਆਪਣੀ ਇੱਥੇ ਚਿੱਟੀ ਸਕਾਰਪੀਓ ਚੱਕੀਏ, ਅਤੇ ਮੱਦੀ ਮਕੈਨਿਕ ਕੋਲ ਜਾਵਾਂਗੇ। ਅਤੇ ਟਰੈਕਟਰ ਦੇਖੋ ਬਾਈ ਬੁੱਕਦਾ ਆਪਣਾ ਮੀਂਹ 'ਚ, ਹੁਣ ਬ੍ਰੇਕ ਨਹੀਂ ਲੱਗਣੇ ਬਾਈ, ਪਾਸੇ ਹੜ ਜਾਓ। ਟਰੈਕਟਰ ਦੇਖੋ ਬਾਈ, ਉੱਡ ਜਾਣਾ ਸੀ, ਬੱਲੇ 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 ਬੱਲੇ, ਰੋਕ ਲਓ ਰੋਕ ਲਓ, ਸ਼ਾਬਾਸ਼। ਲਓ ਬਾਈ ਪਹੁੰਚ ਚੁੱਕੇ ਆਪਾਂ ਆਪਣੇ ਖੇਤ, ਮੀਂਹ 'ਚ ਬੁਰਾ ਹਾਲ ਹੋਇਆ ਪਿਆ, ਪਰ ਇੱਦਾਂ ਕਰਦੇ ਆਪਾਂ 2 ਘੰਟੇ ਨਾਲ ਸੌਂ ਜਾਵਾਂਗੇ, ਕਿਉਂਕਿ ਜੇ ਮੌਸਮ ਸਹੀ ਹੋ ਗਿਆ ਫਿਰ ਹੀ ਜਾਵਾਂਗੇ, ਕਿਉਂਕਿ ਆਹ ਮੌਸਮ 'ਚ ਤਾਂ ਬੁਰਾ ਹਾਲ ਆ। ਇਹਨੂੰ ਆਪਾਂ ਇੱਥੇ ਅੰਦਰ ਲਾ ਦਾਂਗੇ, ਨਹੀਂ ਅੰਦਰ ਤਾਂ ਇਹਨੂੰ ਅੰਦਰ ਲਾ ਦਿੰਦੇ ਹਾਂ ਲੁਕੋ ਕੇ ਜੇ ਆਹ ਚੀਜ਼ ਨੂੰ। ਹਾਏ 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 ਹਾਏ, ਸ਼ੁਕਰ ਆ ਬਾਈ ਸਾਹ ਆਇਆ, ਮੀਂਹ ਮੀਂਹ ਹੋਈ ਪਈ ਆ, ਤੇਰੀ ਨੂੰ ਕਿੱਧਰ ਵੜਤਾ, ਚੱਲ ਬਹੁਤ ਆ ਯਾਰ ਖੜਾ ਰਹਿੰਦਾ, ਰਾਮੂ ਲਾ ਦੂਗਾ ਸੈੱਟ ਕਰਕੇ ਬਾਈ। ਲਓ ਬਾਈ 9:11 ਤੇ ਆਪਾਂ ਵਾਲੀ ਚੀਜ਼ ਹੀ ਲੈ ਕੇ ਆਉਂਦੀ ਆ, ਮੈਨੂੰ ਲੱਗਦਾ ਕੋਈ ਜੰਗ ਜੁੰਗ ਦੀ ਸ਼ੁਰੂਆਤ ਕਰਦਾ ਪਿਆ ਆਪਣਾ ਫਰੈਂਕਲੀ ਯਾਰ। ਚਲੋ ਇਹ ਵੀ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂ ਆ ਚੀਜ਼ ਕਿਉਂ ਮੰਗਾਈ ਆਪਾਂ ਬਾਈ, ਚਲੋ ਦੇਖਦੇ ਹਾਂ। ਅਤੇ ਹੁਣ ਬਾਈ ਮੈਂ ਆਪਣੀ ਸਕਾਰਪੀਓ ਚੱਕ ਕੇ ਯਾਰ, ਅਤੇ ਪਹਿਲਾਂ ਇੱਦਾਂ ਕਰਦੇ ਹਾਂ 2 ਘੰਟੇ ਸੌਂ ਜਾਂਦੇ ਬਾਈ ਇੱਥੇ, ਜਾਂ 2 ਘੰਟੇ ਵੇਟ ਕਰ ਲੈਂਦੇ ਹਾਂ, 2 ਘੰਟੇ ਵੇਟ ਕਰਦੇ ਹਾਂ ਇੱਥੇ। ਉਹ ਬਾਈ 2 ਘੰਟਿਆਂ ਦੀ ਵੇਟ ਤੋਂ ਬਾਅਦ ਆਏ, ਹਾਏ 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 ਹਾਏ, ਮੀਂਹ ਫਿਲਹਾਲ ਦੀ ਘੜੀ ਹਟਿਆ ਗਾ, ਅਤੇ ਚਿੱਕੜ ਹੀ ਚਿੱਕੜ ਹੋਇਆ ਪਿਆ, ਅਤੇ ਆਹ ਗਾਂ ਮਾਮੀ ਹੀਟ ਦੀ ਥੀ ਖੜੀ ਹੈ, ਅਤੇ ਆਪਾਂ ਆਪਣੀ ਸਕਾਰਪੀਓ ਚੱਕਦੇ ਹਾਂ ਬਾਈ। ਆਪਾਂ ਆਪਣੀ ਸਕਾਰਪੀਓ ਚੱਕ ਕੇ ਫਿਰ ਬਾਈ ਜਾਂਦੇ ਹਾਂ ਉੱਧਰ ਬਾਈ ਦੀ ਹਵੇਲੀ 'ਚ, ਅਤੇ ਉੱਥੇ ਆਪਣਾ ਜਿਹੜਾ ਮਕੈਨਿਕ ਆਇਆ, ਮੱਦੀ ਮਕੈਨਿਕ ਖਾਸ ਕਰ ਸ਼ਹਿਰੋਂ ਆਇਆ ਬਾਈ ਇੱਥੇ, ਅਤੇ ਉੱਥੇ ਜਾ ਕੇ ਫਿਰ ਦੇਖਦੇ ਹਾਂ ਜਿਹੜਾ ਕਲਰ ਦੀ ਡਿਮਾਂਡ ਜ਼ਿਆਦਾ ਆਈ ਆ ਬਾਈ, ਅਤੇ ਫਿਰ ਉਹ ਦੇਖ ਲੈਂਦੇ ਹਾਂ ਕੀ ਬਣਦਾ ਉੱਥੇ, ਅਤੇ ਆ ਜਾਓ ਫਿਰ ਜਾ ਕੇ ਪਤਾ ਲੱਗੂਗਾ। ਮੱਦੀ ਮਕੈਨਿਕ ਕੋਲ ਜਾਂਦੇ ਹਾਂ ਬਾਈ ਹੁਣ ਆਪਾਂ, ਪਰ ਆ ਮੀਂਹ ਤੋਂ ਬਾਅਦ ਯਾਰ ਜਿਹੜਾ ਮੌਸਮ ਹੋ ਜਾਂਦਾ ਨਾ ਬਾਈ ਸਿਰਾ ਗਾ, ਅਤੇ ਹੁਣ ਆਪਾਂ ਟਰੈਕਟਰ ਨੂੰ ਵੀ ਭਜਾ ਕੇ ਦੇਖ ਲਿਆ, ਸਕਾਰਪੀਓ ਨੂੰ ਭਜਾ ਕੇ ਦੇਖਦੇ ਹਾਂ ਹੁਣ, ਕਿਉਂਕਿ ਸਕਾਰਪੀਓ ਨਹੀਂ ਮੈਨੂੰ ਲੱਗਦਾ ਆਪਾਂ ਭਜਾਈ ਆ। ਚੈੱਕ ਕਰੋ ਮੁੰਡੇ ਸਪੀਡ ਸਕਾਰਪੀਓ ਦੀ ਆਪਣੇ ਦੀ, ਹੌਲੀ 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 ਮਾੜੀ ਸਪੀਡ ਚੈੱਕ ਕਰਿਓ ਬਾਈ, ਅਤੇ ਕਮੈਂਟ ਕਰਕੇ ਬਾਈ ਮੈਨੂੰ ਜ਼ਰੂਰ ਦੱਸਿਓ ਆਪਣੇ ਆਪਣੀ ਤੁਹਾਨੂੰ ਘੈਂਟ ਜ਼ਿਆਦਾ ਸਕਾਰਪੀਓ ਲੱਗੀ ਆ ਅਤੇ 9:11 ਲੱਗਾ, ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਦੋਨੇ ਹੀ ਲੱਗੇ ਆ ਤਾਂ ਫਿਰ ਦੋਵੇਂ ਹੀ ਲਿਖਿਓ, ਅਤੇ ਪਤਾ ਲੱਗਿਆ ਇੱਕ ਵਾਰੀ ਮਤਲਬ ਤੁਹਾਨੂੰ ਵਧੀਆ ਸਕਾਰਪੀਓ ਲੱਗਦੀ ਆ ਕਿ 9:11 ਲੱਗਦਾ।
ਮਤਲਬ ਦੋਵੇਂ ਚੀਜ਼ਾਂ ਤੋਂ ਦੱਸਿਓ ਤੁਸੀਂ ਕਮੈਂਟ ਕਰਕੇ ਨਾ। ਅਤੇ ਲਓ ਬਾਈ ਹਵੇਲੀ ਵਾਲੀ ਸੜਕ ਇੱਧਰ ਹੀ ਨਹੀਂ, ਇਹ ਤਾਂ ਦੂਜੇ ਸਰਦਾਰ ਦਾ ਘਰ ਆ। ਸਿੱਧੂ ਦੀ ਹਵੇਲੀ ਕਿੱਥੇ ਸੀ? ਭੁੱਲੇ ਪਏ ਹਾਂ ਬਾਈ ਸਾਰਾ ਕੁਛ ਯਾਰ। ਕਿੱਧਰਲੇ ਪਾਸੇ ਆ ਬਾਈ, ਕਿੱਧਰਲੇ ਪਾਸੇ ਹਵੇਲੀ ਬਾਈ ਦੀ? ਹੌਲੀ ਹੌਲੀ ਹੌਲੀ, ਇੱਧਰ ਹੀ ਸੀ, ਇੱਧਰ ਹੀ ਸੀ ਲੱਗਦਾ, ਪੁਰਾਣੇ ਪਿੰਡ ਵੱਲ ਸੀ ਅਤੇ ਪਰਲੇ ਪਾਸੇ ਰਹਿ ਗਈ। ਨੇਵੀਗੇਸ਼ਨ ਲਾ ਹੀ ਲਈਏ ਯਾਰ, ਉੱਧਰ ਹੀ ਸੀ, ਉੱਧਰ ਹੀ ਸੀ ਯਾਰ, ਗਲਤ ਰਸਤਾ ਆ ਗਿਆ, ਗਲਤ ਰਸਤੇ 'ਚ ਪਾ ਲਈ ਸੀ ਆਪਾਂ। ਇੱਧਰ ਜਾਣਾ, ਬੱਲੇ ਬੱਲੇ ਬੱਲੇ, ਆਹ ਜਾਂਦਾ ਜੌਨ ਡੀਅਰ ਮੁੰਡੇ ਦਾ, ਬੱਲੇ ਤੇਰੇ ਨਹੀਂ ਰੀਸਾਂ ਬਾਈ। ਲਓ ਬਾਈ ਲੱਭ ਗਈ ਆਪਣੇ ਹਵੇਲੀ ਬਾਈ ਦੀ, ਅਤੇ ਇੱਥੇ ਆਪਣਾ ਮਕੈਨਿਕ ਆਇਆ, ਮੱਦੀ ਮਕੈਨਿਕ, ਅਤੇ ਆਪਾਂ ਗੈਰਜ ਚਲਾ ਦਿੰਦੇ ਹਾਂ ਕਿਉਂਕਿ ਇੱਥੇ ਬਾਈ ਦੇ ਸੰਦ ਸੁੰਦ ਠੀਕ ਕਰਨ ਆਇਆ ਹੋਣਾ, ਅਤੇ ਆਪਾਂ ਗੱਡੀ ਨੂੰ ਇੱਥੇ ਲਾ ਦਿੰਦਾ, ਅਤੇ ਆਪ ਹੀ ਆਪਣੀ ਗੱਡੀ ਬਣਾ ਦੂਗਾ, ਸੈੱਟ ਕਰ ਦੂਗਾ। ਅਤੇ ਜਿੱਦਾਂ ਦਾ ਤੁਸੀਂ ਇਹਨੂੰ ਮੈਂ ਕਿਹਾ ਹੈਗਾ ਕਿ ਬਾਈ ਸਾਡੀ ਤੂੰ ਸਕਾਰਪੀਓ ਬਣਾ ਦੇ, ਜਿੱਦਾਂ ਆਪਣੇ ਮੂਸੇ ਵਾਲੇ ਬਾਈ ਕੋਲ ਆ ਨਾ ਸਕਾਰਪੀਓ, ਕਾਲੇ ਰੰਗ ਦੀ, ਅਤੇ ਵਧੀਆ ਵਧੀਆ ਰੈਮ ਰੂਮ ਪਵਾ ਦਈਏ ਇਹਦੇ। ਅਤੇ ਇੱਦਾਂ ਮੈਂ ਕਹਿਣਾ ਹੈਗਾ ਹੁਣ ਬੈਨੀ ਨੂੰ, ਕਿੱਥੇ ਆਪਣਾ ਮੱਦੀ ਮਕੈਨਿਕ, ਲਓ ਬਾਈ ਆਹ ਖੜਾ ਆਪਣਾ ਬੈਨੀ ਮਕੈਨਿਕ, ਇਹਨੂੰ ਮੈਂ ਸਮਝਾਤਾ ਕਿ ਬਾਈ ਸਾਡੀ ਸਕਾਰਪੀਓ ਨੂੰ ਪੂਰਾ ਕਾਲਾ ਰੰਗ ਝੋਟਾ ਬਣਾ ਕੇ, ਅਤੇ ਜਿੱਦਾਂ ਬਾਈ ਦੀ ਆਪਣੇ ਸਿੱਧੂ ਬਾਈ ਦੀ ਸਕਾਰਪੀਓ ਪੂਰੀ ਘੈਂਟ ਬਣਾ ਦੀ, ਰੈਮ ਰੂਮ ਵਧੀਆ ਪਾ ਦੀ, ਅਤੇ ਇੰਜਨ ਦੀ ਆਵਾਜ਼ ਵੀ ਚੇਂਜ ਕਰ ਦੀ, ਇੰਜਨ ਉੰਜਨ ਸੈੱਟ ਕਰ ਦੀ ਫਿਰ। ਅਤੇ ਬਾਈ ਕਹਿੰਦਾ ਕੱਲ੍ਹ ਨੂੰ ਆ ਕੇ ਲੈ ਜਾਓ ਬਾਈ, ਕੱਲ੍ਹ ਤੱਕ ਤੁਹਾਡੀ ਬਣ ਜਾਣੀ ਆ। ਅਤੇ ਮੁੰਡੇ ਫਿਰ ਅੱਜ ਦੀ ਆਪਾਂ ਫਿਲਹਾਲ ਇਹਨੂੰ ਇੱਥੇ ਹੀ ਛੱਡਦੇ ਹਾਂ ਬੈਨੀ ਕੋਲ ਆਪਣੀ ਸਕਾਰਪੀਓ ਨੂੰ, ਅਤੇ ਲਾਸਟ ਟਾਈਮ ਇਹਨੂੰ ਦੇਖ ਲੈਂਦੇ ਹਾਂ ਕਿੱਦਾਂ ਦੀ ਲੱਗਦੀ ਆਪਣੀ, ਅਤੇ ਬਾਅਦ 'ਚੋਂ ਦੇਖਾਂਗੇ, ਪਹਿਲਾਂ ਲਈ ਵਧੀਆ ਲੱਗੂਗੀ ਅਤੇ ਬਾਅਦ 'ਚੋਂ। ਸੋ ਆਹ ਦੇਖੋ ਤੁਸੀਂ ਆਪਣੀ ਖੜੀ ਆ ਚਿੱਟੇ ਰੰਗ ਦੀ, ਅਤੇ 20 ਇੰਚ ਦੇ ਰੈਮ ਪਾਏ ਸੀ ਇਹਦੇ ਬਾਈ, ਅਤੇ ਇਹਨੂੰ ਦੇਖ ਲਓ ਜਾਂਦੀ ਵਾਰ ਨੂੰ ਦੇਖ ਲੈਂਦੇ ਹਾਂ ਬਾਈ ਕਿਹੋ ਜਿਹੀ ਆ, ਅਤੇ ਫਿਰ ਅਗਲੀ ਵੀਡੀਓ ਵਿੱਚ ਇਹਨੂੰ ਆਪਾਂ ਲੈਣ ਆਉਂਦੇ ਹਾਂ, ਸੋ ਉਹਨਾਂ ਟਾਈਮ ਕਰ ਦੂਗਾ ਬਾਈ ਆਪਣਾ ਮੋਡੀਫਾਈ। ਅਤੇ ਅੱਜ ਦੀ ਵੀਡੀਓ ਫਿਰ ਬਾਈ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ, ਅਤੇ ਮੇਰੇ ਵੀ ਨਹੀਂ ਵੇਟ ਹੁੰਦੀ ਬਾਈ ਕਦੋਂ ਆਪਣੀ ਸਕਾਰਪੀਓ ਦਾ ਚੇਂਜ ਹੋਊਗਾ ਸਾਰਾ ਕੁਛ, ਅਤੇ ਕਦੋਂ ਮੈਂ ਇਹਨੂੰ ਦੇਖਣ ਆਊਂਗਾ। ਅਤੇ ਫਿਲਹਾਲ ਅੱਜ ਦੀ ਵੀਡੀਓ ਫਿਰ ਆਪਾਂ ਇੱਥੇ ਹੀ ਰੋਕਦੇ ਹਾਂ, ਅਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਬਾਈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਸਬਸਕ੍ਰਾਈਬ ਕਰਦੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਯਾਰ ਜਿਹੜੇ ਦੇਖਣ ਆਉਂਦੇ ਆ, ਅਤੇ ਖੁਸ਼ ਰਹੋ ਯਾਰ, ਰੱਬ ਰਾਖਾ ਜੀ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ।